ਮਾਮਲਾ ਇਸ ਤਰ੍ਹਾਂ ਦਾ ਜੀ, ਪਿਛਲੇ ਸ਼ੁੱਕਰਵਾਰ ਸਾਡੇ ਵਕੀਲ ਵਰਿੰਦਰ ਸਿੰਘ ਸੰਧੂ, ਜਿਹੜੇ ਬਰੀਵਾਲ ਦੇ ਸਾਡੇ ਇੰਸਪੈਕਟਿਵ ਦੇ ਬਾਰ ਮੈਂਬਰ ਨੇ, ਉਹਨਾਂ ਨੂੰ ਪੁਲਿਸ ਨੇ ਚੱਕਿਆ ਔਰ ਉਹਨਾਂ ਦੇ ਖਿਲਾਫ਼ ਇੱਕ ਮੁਕੱਦਮਾ ਦਰਜ ਕਰਤਾ 353-186 ਦੇ ਅਧੀਨ, ਜੋ ਬਲਜਿੰਦਰ ਸਿੰਘ ਬਰਾੜ ਨੇ ਤੁਹਾਨੂੰ ਪਹਿਲਾਂ ਦੱਸਿਆ ਜੀ। ਉਹਨਾਂ ਦੀ ਪੁਲਿਸ ਕਸਟਡੀ ਦੇ ਵਿੱਚ ਜੋ ਕੁੱਟਮਾਰ ਹੋਈ, ਉਹਦੇ ਬਾਰੇ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ। ਬਾਰਿਸ਼ਾਂ ਤੇ ਹੜ੍ਹਦੇ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫ਼ਤ ਟੈਸਟ ਅਤੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ। ਜਦੋਂ ਉਹ ਇੱਥੇ ਮੁਕਤਸਰ ਜੁਡੀਸ਼ਲ ਆਪਣੀ ਕੋਰਟ ਦੇ ਵਿੱਚ ਸੀ ਐਮ ਸਾਹਿਬ ਦੇ ਪੇਸ਼ ਕੀਤਾ ਗਿਆ ਉਹਨਾਂ ਨੂੰ, ਅਤੇ ਉੱਥੇ ਉਹਨਾਂ ਨੂੰ ਜੁਡੀਸ਼ਲ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਸਾਡੇ ਵਕੀਲ ਸਾਹਿਬਾਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਵੀ ਸਾਡੇ ਨਾਲ ਜਿਹੜੀ ਕੁੱਟਮਾਰ ਹੋਈ ਹੈ, ਮੇਰੇ ਨਾਲ ਅਣਮਨੁੱਖਾ ਤਸ਼ੱਦਦ ਹੋਇਆ, ਅਤੇ ਇਹਦੇ 'ਤੇ ਮੇਰੀ ਜਿਹੜੀ ਆ ਮੇਰੀ ਸਾਥ ਦਿੱਤਾ ਜਾਵੇ। ਉਹਨਾਂ ਦੇ ਇਸ ਰਿਕੁਐਸਟ 'ਤੇ ਸਾਡੇ ਜਿਹੜੇ ਵਕੀਲ ਸਾਹਿਬਾਨ ਹੈ ਰਜਿੰਦਰ ਕਾਲਾ ਜੀ, ਸਾਡੇ ਸੀਨੀਅਰ ਮੈਂਬਰ ਮਨਜਿੰਦਰ ਸਿੰਘ ਬਰਾੜ, ਹਰਮਨ ਜੀ ਔਰ ਸਾਰੀ ਬਾਰ ਹੀ ਮੈਂ, ਕਿਉਂਕਿ ਵਕਾਲਤਨਾਮਾ ਇੱਕ ਦੋ ਜਣਿਆਂ ਦਾ ਲੱਗਦਾ, ਸਾਰੀ ਬਾਰ ਨੇ ਹੀ ਇਸ ਗੱਲ ਦਾ ਸਾਥ ਦਿੱਤਾ, ਕਿਉਂਕਿ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਸੀ। ਅਸੀਂ ਚਾਹੁੰਦੇ ਸੀ ਵੀ ਅਸੀਂ ਆਪਦੀ ਕਾਨੂੰਨੀ ਰੈਮਡੀ ਜੋ ਹੈ ਉਹ ਅਪਲਾਈ ਕਰੀਏ। ਇਸ ਕਰਕੇ ਅਸੀਂ ਅਦਾਲਤ ਦੇ ਰਾਹੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਵੀ ਉਹਨਾਂ ਦਾ ਮੈਡੀਕਲ ਜਿਹੜਾ ਹੈ ਉਹ ਅਦਾਲਤ ਦੇ ਹੁਕਮ ਅਨੁਸਾਰ ਦੁਬਾਰਾ ਕਰਾਇਆ ਜਾਵੇ, ਔਰ ਅਦਾਲਤ ਨੇ ਸਾਡੀ ਐਪਲੀਕੇਸ਼ਨ ਮੰਨ ਕੇ ਉਸ 'ਤੇ ਅਗਲੇ ਦਿਨ ਔਡਰ ਕੀਤਾ ਔਰ ਉਹ ਮੈਡੀਕਲ ਜਿਹੜਾ ਮੁਕਤਸਰ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਗਿਆ। 2 ਦਿਨ ਬਾਅਦ ਉਹ ਮੈਡੀਕਲ ਦੀ ਰਿਪੋਰਟ ਆਈ ਜਿਹਦੇ ਵਿੱਚ ਉਹਦੇ 18 ਸੱਟਾਂ ਆ ਗਈਆਂ, ਜਿਹੜਾ ਸਾਡਾ ਵਕੀਲ ਸਾਹਿਬਾਨ ਸੀ। ਉਸ ਤੋਂ ਬਾਅਦ ਸਾਡੇ ਵਕੀਲ ਸਾਹਿਬਾਨਾਂ ਨੇ ਜਿਹੜੀ ਹੈ ਉਹਦੀ ਇੱਕ ਐਪਲੀਕੇਸ਼ਨ ਪੁਲਿਸ ਕਸਟਡੀ 'ਚੋਂ ਲਿਆ ਕੇ ਉਹਦੇ ਬਿਆਨ ਕਰਾਉਣ ਲਈ ਸੀ ਜੀ ਐਮ ਸਾਹਿਬ ਮਾਣਯੋਗ ਅਦਾਲਤ 'ਤੇ ਦਿੱਤੀ। ਉਹਦੇ 'ਤੇ ਵੀ 2 ਦਿਨ ਦੀ ਡੇਟ ਪੈ ਕੇ ਉਹਦੇ 'ਤੇ ਵੀ ਪੀ ਪੀ ਸਾਹਿਬ ਦਾ ਜਵਾਬ ਲੈ ਕੇ ਬਹਿਸ ਕਰਕੇ ਸੀ ਜੀ ਐਮ ਸਾਹਿਬ ਨੇ ਆਨ ਮਾਈ ਡਿਸਾਈਡ ਕਰਦੇ ਹੋਏ ਉਸ ਮੁੰਡੇ ਨੂੰ ਪ੍ਰੋਟੈਕਸ਼ਨ ਵਰਡ 'ਤੇ ਲਿਆਉਣ ਦੀ ਇਜਾਜ਼ਤ ਦਿੱਤੀ ਔਰ ਆਰਡਰ ਕੀਤੇ ਵੀ ਉਹਨੂੰ ਲਿਆਂਦਾ ਜਾਵੇ ਉਹਦਾ ਬਿਆਨ ਕਰਾਇਆ ਗਿਆ ਔਰ ਬੜੇ ਵਧੀਆ ਤਰੀਕੇ ਨਾਲ ਲਿਆ ਕੇ ਕਿਸੇ ਡਰ ਦਬਾਅ ਤੋਂ ਕਿਸੇ ਵਕੀਲ ਨਾਲ ਕੋਈ ਰਾਏ ਮਸ਼ਵਰੇ ਤੋਂ ਬਿਨਾਂ ਉਸ ਵਕੀਲ ਸਾਹਿਬਾਨ ਨੇ ਆਪਣਾ ਬਿਆਨ ਖੁਦ ਅਦਾਲਤੀ ਦਰਜ ਕਰਾਇਆ। ਸਾਡੇ ਸਾਰੇ ਵਕੀਲ ਸਾਹਿਬ ਹਾਜ਼ਰ ਸਨ ਪਰ ਉਹਨਾਂ ਨੇ ਇਹ ਬਿਆਨ ਸੀ ਜੀ ਐਮ ਸਾਹਿਬ ਨੂੰ ਆਪਣੇ ਆਪ ਦਿੱਤਾ ਔਰ ਇੱਕ ਇੱਕ ਗੱਲ ਉਹਨਾਂ ਨੇ ਆਪ ਰੱਖੀ ਹੈ। ਇਸ ਕਰਕੇ ਉਸ ਤੋਂ ਬਾਅਦ ਸੀ ਜੀ ਐਮ ਸਾਹਿਬ ਨੇ ਜੋ ਕਾਨੂੰਨ ਦੀ ਪ੍ਰਕਿਰਿਆ ਸੀ ਉਹਦੇ ਵਿੱਚੋਂ ਲੰਘ ਕੇ ਸਾਡੀ ਗੱਲ ਸੁਣ ਕੇ ਉਹਨਾਂ ਨੇ ਜਿਹੜੀ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਔਰ ਮਾਣਯੋਗ ਅਦਾਲਤ ਜਿਹੜੀ ਹੈ ਸਾਨੂੰ ਉਹਨਾਂ ਤੋਂ ਹੀ ਨਿਆਂ ਦੀ ਆਸ ਸੀ, ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਅਸੀਂ ਇਸ ਗੱਲ ਦੀ ਵੇਟ ਕਰ ਰਹੇ ਹਾਂ ਪਰ ਸਾਨੂੰ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਅਜੇ ਤੱਕ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਜਿਨ੍ਹਾਂ ਨੇ ਅਣਮਨੁੱਖੀ ਵਰਤਾਰਾ ਕੀਤਾ ਅਜੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਹੋਈ। ਇਸ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ਼ ਐਫ ਆਈ ਆਰ ਦਰਜ ਕੀਤੀ ਜਾਵੇ, ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਔਰ ਜੋ ਬਣਦੀ ਕਾਰਵਾਈ ਹੈ। ਇੱਕ ਸਾਡੀ ਹੋਰ ਇਹਦੇ 'ਚ ਬੜੀ ਕਲੀਅਰ ਜੀ ਮੰਗ ਹੈ ਕਿ ਸੀ ਬੀ ਆਈ ਤੋਂ ਇਸ ਕੇਸ ਦੀ ਜਾਂਚ ਕਰਾਈ ਜਾਵੇ, ਕਿਉਂਕਿ ਇੱਕ ਪੁਲਿਸ ਅਫਸਰ ਦੂਜੇ ਪੁਲਿਸ ਅਫਸਰ ਦੀ ਜਾਂਚ ਕਰੇਗਾ, ਸਾਨੂੰ ਇਹ ਤੋਂ ਨਿਆਂ ਦੀ ਕਿਸੇ ਤਰ੍ਹਾਂ ਦੀ ਕੋਈ ਆਸ ਨਹੀਂ। ਇੱਕ ਜਿਹੜਾ ਸਭ ਤੋਂ ਵੱਡੀ ਗੱਲ ਹੈ, ਸਾਨੂੰ ਡਰ ਹੈ ਕਿ ਜਿਹੜਾ ਵੱਡਾ ਉਹ ਵਰਿੰਦਰ ਸਿੰਘ ਜਿਹੜੇ ਸਾਡੇ ਵਕੀਲ ਸਾਹਿਬ ਨੇ ਉਹਨਾਂ ਦੇ ਪਰਿਵਾਰ 'ਤੇ ਪ੍ਰੈਸ਼ਰ ਕਿਸੇ ਤਰ੍ਹਾਂ ਦਾ ਨਾ ਪਾਇਆ ਜਾ ਸਕੇ, ਕਿਸੇ ਤਰ੍ਹਾਂ ਦੇ ਉਹਨਾਂ ਨੂੰ ਕਿਸੇ ਮੁਕੱਦਮੇ ਝੂਠੇ 'ਚ ਨਾ ਫਸਾਇਆ ਜਾ ਸਕੇ, ਇਸ ਗੱਲ ਦੀ ਸਾਨੂੰ ਬੜੀ ਜ਼ਿਆਦਾ ਖਦਸ਼ਾ ਹੈ। ਇਸ ਕਰਕੇ ਅਸੀਂ ਇੱਕ ਵਾਰੀ ਫਿਰ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਸੀਨੀਅਰ ਪੁਲਿਸ ਅਫਸਰ ਨੇ ਉਹਨਾਂ ਦੇ ਤਬਾਦਲੇ ਕੀਤੇ ਜਾਣ, ਉਹਨਾਂ ਦੀ ਰਹਿਨੁਮਾਈ 'ਚ ਸਾਨੂੰ ਅਜੇ ਕਿਸੇ ਤਰ੍ਹਾਂ ਦੀ ਅਜੇ ਆਸ ਨਹੀਂ ਲੱਗਦੀ ਵੀ ਸਾਨੂੰ ਕਿਸੇ ਤਰ੍ਹਾਂ ਦਾ ਨਿਆਂ ਮਿਲੇਗਾ। ਪਰ ਅਸੀਂ ਇਸ ਗੱਲ ਦਾ ਮੈਂ ਆਪਦੀ ਵਾਰ ਬੰਨਿਓ ਵਰਿੰਦਰ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਵੀ ਜੇ ਕਿਸੇ ਤਰ੍ਹਾਂ ਦਾ ਵੀ ਉਹਨਾਂ ਦੇ ਪਰਿਵਾਰ ਦੇ ਖਿਲਾਫ਼ ਵੀ ਕੋਈ ਝੂਠਾ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਅਸੀਂ ਸੰਘਰਸ਼ ਇਕੱਲਾ ਇੱਥੇ ਨਹੀਂ, ਪੰਜਾਬ ਨਹੀਂ, ਇੰਡੀਆ ਲੈਵਲ 'ਤੇ ਲੈ ਕੇ ਜਾਵਾਂਗੇ। ਅਸੀਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਦੀ ਉਡੀਕ ਕਰ ਰਹੇ ਹਾਂ ਵੀ ਉਹ ਕਰ ਰਹੇ ਨੇ ਕਿ ਨਹੀਂ ਕਰ ਰਹੇ। ਅੱਜ ਸਾਡੀ ਮੁਕਤਸਰ ਬਾਰ ਵੱਲੋਂ ਮੁਕਤਸਰ ਸਾਰੇ ਡਿਸਟ੍ਰਿਕਟ ਦਾ ਵਰਕ ਸਸਪੈਂਡ ਕੀਤਾ ਗਿਆ, ਸਾਡਾ ਭਾਈਚਾਰਾ ਵਕੀਲ ਸਾਹਿਬ ਦੇ ਨਾਲ ਖੜਾ, ਪੰਜਾਬ ਦੀਆਂ ਬਾਰਾਂ ਸਮੁੱਚੀਆਂ ਸਾਰੇ ਪ੍ਰਧਾਨਾਂ ਦੇ ਫੋਨ ਆ ਰਹੇ ਨੇ, ਬਾਰ ਕੌਂਸਲ ਦੇ ਚੇਅਰਮੈਨ ਸਾਹਿਬ ਦੇ ਫੋਨ ਆ ਰਹੇ ਨੇ, ਆ ਮੇਰਾ ਫੋਨ ਤੁਸੀਂ ਵੇਖ ਸਕਦੇ ਹੋ, ਹਾਈ ਕੋਰਟ ਦੇ ਪ੍ਰਧਾਨ ਢਿੱਲੋਂ ਸਾਹਿਬ ਲਗਾਤਾਰ ਮੇਰੇ ਨਾਲ ਰਾਬਤੇ 'ਚ ਨੇ। ਅਸੀਂ ਇੱਕ ਦਿਨ ਵੀ ਪੰਜਾਬ ਜਾਂ ਕਿਤੇ ਵੀ ਕੋਈ ਕੰਮ ਨਹੀਂ ਚੱਲਣ ਦਿਆਂਗੇ ਜਿੰਨਾ ਚਿਰ ਸਾਡੇ ਵਕੀਲ ਭਾਈਚਾਰੇ ਨੂੰ ਨਿਆਂ ਨਹੀਂ ਮਿਲਦਾ। ਇਹ ਇਕੱਲੇ ਵਰਿੰਦਰ ਸੰਧੂ ਦਾ ਮਸਲਾ ਨਹੀਂ ਰਹਿ ਗਿਆ, ਇਹ ਪੰਜਾਬ ਦੇ ਸਮੁੱਚੇ ਵਕੀਲ ਭਾਈਚਾਰੇ ਦਾ ਮਸਲਾ ਹੈ ਗਿਆ। ਪੁਲਿਸ ਪ੍ਰਸ਼ਾਸਨ ਅੰਨਾ ਤਸ਼ੱਦਦ ਕਰ ਰਹੀ ਹੈ।
ਇਸ ਕਰਕੇ ਅਸੀਂ ਇਹ ਨਿਆਂ ਲੈ ਕੇ ਜਾਵਾਂਗੇ। ਪਾਠਸ਼ਾਲ ਚ ਦੱਸਦਾ ਵੀ ਇਹ ਜਿਹੜੀ ਹੈ ਸਟੋਰੀ ਸ਼ੁਰੂ ਹੁੰਦੀ ਹੈ 14 ਤਰੀਕ ਨੂੰ। 14 ਤਰੀਕ ਨੂੰ ਵਰਿੰਦਰ ਸਿੰਘ ਸੰਧੂ ਦਾ ਇੱਕ ਕਲਾਇੰਟ ਹੈ, ਉਹਨੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਜੀ ਮੈਨੂੰ ਜਿਹੜਾ ਹੈਗਾ ਪੁਲਿਸ ਨੇ ਸਾਡੇ ਪਿੰਡ ਇੱਕ ਡਰੱਗ ਦੇ ਅਗੇਂਸਟ ਕਮੇਟੀ ਬਣਾਈ ਹੈ ਅਤੇ ਉਹ ਕਮੇਟੀ 'ਚ ਜਿਹੜੇ ਬੰਦੇ ਰੱਖੇ ਹੈ ਉਹਨਾਂ ਦੇ ਖਿਲਾਫ਼ ਮੇਰਾ 325 ਦਾ ਮੁਕੱਦਮਾ ਚੱਲਦਾ ਹੈ ਅਤੇ ਉਹ ਮੈਨੂੰ ਜਿਹੜਾ ਮੇਰੇ ਬੰਦੇ ਘਰ ਆਉਂਦੇ ਆ ਜਾਂ ਬਾਹਰ ਨਿਕਲਦੇ ਆ ਉਹਨਾਂ ਦੀ ਤਲਾਸ਼ੀ ਲੈਂਦੇ ਹੈ ਅਤੇ ਮੈਨੂੰ ਖਦਸ਼ਾ ਵੀ ਮੈਨੂੰ ਕਿਸੇ ਝੂਠੇ ਮੁਕੱਦਮੇ ਫਸਾਉਣਗੇ ਅਤੇ ਉਹਨੂੰ ਵਰਿੰਦਰ ਸਿੰਘ ਸੰਧੂ ਨੇ ਰਾਇ ਦਿੱਤੀ ਕਾਨੂੰਨੀ ਬਤੌਰ ਵਕੀਲ ਹੁੰਦਿਆਂ ਹੋਇਆਂ ਕਿ ਤੁਸੀਂ ਜਾ ਕੇ SSP ਸਾਹਿਬ ਨੂੰ ਮਿਲੋ, SSP ਸਾਹਿਬ ਨੂੰ ਦਰਖਾਸਤ ਦਿਓ ਅਤੇ ਉਹਨੇ ਰਿਕੁਐਸਟ ਕੀਤੀ ਜੀ ਉਹਨਾਂ ਨੂੰ ਵੀ ਤੁਸੀਂ ਬਤੌਰ ਵਕੀਲ ਮੇਰੇ ਨਾਲ ਚੱਲੋ ਅਤੇ ਫਿਰ ਸਰ ਵਰਿੰਦਰ ਸਿੰਘ ਸੰਧੂ SSP ਦਫ਼ਤਰ, ਇਹ ਮੈਂ ਤੁਹਾਨੂੰ ਦੱਸ ਰਿਹਾ ਵਰਿੰਦਰ ਸਿੰਘ ਸੰਧੂ ਦੇ ਬਿਆਨ ਦੇ ਹਵਾਲੇ ਨਾਲ ਕਿ ਫਿਰ ਵਰਿੰਦਰ ਸਿੰਘ ਸੰਧੂ ਆਫਿਸ SSP ਆਫਿਸ ਗਏ, ਉੱਥੇ SSP ਸਾਹਿਬ ਦੇ ਜਿਹੜੇ ਜਿੱਥੇ ਰਿਸੈਪਸ਼ਨ 'ਤੇ ਟਾਈਮ ਦੇਣਾ ਸੀ ਉਹਨਾਂ ਨੇ ਉਹਨਾਂ ਨੂੰ ਕਹਿਤਾ ਵੀ 2-3 ਘੰਟੇ ਲੱਗ ਜਾਣਗੇ, ਤੁਸੀਂ ਆਪਦਾ ਨੰਬਰ ਨੋਟ ਕਰਾ ਜਾਓ, ਜੇ ਸਾਹਿਬ ਪਹਿਲਾਂ ਫ੍ਰੀ ਹੋ ਗਏ ਤਾਂ ਤੁਹਾਨੂੰ ਬੁਲਾ ਲਾਂਗੇ। ਫਿਰ ਇਹ ਦੁਬਾਰਾ 3:30 ਵਜੇ ਫਿਰ ਗਏ SSP ਸਾਹਿਬ ਨੂੰ ਮਿਲਣ ਵਾਸਤੇ, SSP ਸਾਹਿਬ ਫਿਰ ਇਹਨਾਂ ਨੂੰ ਨਹੀਂ ਮਿਲੇ, ਇਹਨਾਂ ਨੂੰ ਅਗਲੇ ਦਿਨ ਦਾ ਟਾਈਮ ਦਿੱਤਾ, ਫਿਰ ਇਹਨਾਂ ਨੇ ਇਹ ਆਪਦੇ ਘਰੇ ਚਲੇ ਗਏ, ਉਹ ਮੁੰਡਾ ਆਪਦੇ ਘਰੇ ਚਲੇ ਗਿਆ। ਫਿਰ ਉਹਨੇ ਦੁਬਾਰਾ ਕਾਲ ਕੀਤਾ ਵਰਿੰਦਰ ਸਿੰਘ ਨੂੰ ਵੀ ਜੀ ਆਪਾਂ ਮੈਨੂੰ ਲੱਗਦਾ ਵੀ ਮੈਨੂੰ ਅੱਜ ਪਿੰਡ ਨਹੀਂ ਵੜਨ ਦੇਣਾ, ਇਹ ਕਹਿੰਦਾ ਵੀ ਤੁਸੀਂ ਜਾ ਕੇ ਥਾਣੇ ਸਦਰ ਅਰਜ਼ੀ ਦੇ ਦਿਓ ਇਸ ਗੱਲ ਦੀ। ਫਿਰ ਉਹ ਥਾਣੇ ਸਦਰ ਜਾਣ ਵਾਸਤੇ ਇਹ ਵਰਿੰਦਰ ਨੂੰ ਵੀ ਨਾਲ ਲੈ ਗਿਆ, ਥਾਣੇ ਸਦਰ ਜਾ ਕੇ ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਲਿਖਤੀ, ਅਤੇ SHO ਥਾਣਾ ਸਦਰ ਨੇ ਉਹਨਾਂ ਨੂੰ ਇਹ ਕਿਹਾ ਵੀ ਮੈਂ ਕੱਲ੍ਹ ਨੂੰ ਤੁਹਾਡੇ ਪਿੰਡ ਆਊਂਗਾ ਅਤੇ ਪਿੰਡ ਆ ਕੇ ਮੈਂ ਸਾਂਝੇ ਬੰਦਿਆਂ ਦੀ ਕਮੇਟੀ ਬਣਾ ਦੂੰਗਾ ਅਤੇ ਕੋਈ ਚੱਕਰ ਨਹੀਂ ਇਸ ਗੱਲ ਦਾ। ਜਦੋਂ ਇਹ ਗੱਲ ਹੋ ਕੇ ਉਹ ਬਾਹਰ ਆਏ, ਉਦੋਂ ਬਾਹਰ ਆਉਂਦਿਆਂ ਸਾਰੇ ਸਾਰੀ ਗੱਲ ਸ਼ੁਰੂ ਹੁੰਦੀ ਹੈ। ਪਹਿਲਾਂ ਉਹਨਾਂ ਦੀ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨੇ, CIA ਆਫਿਸ ਨੇ, ਫਿਰ ਉਹਨਾਂ ਨੂੰ ਚੱਕ ਕੇ CIA ਲੈ ਗਏ ਅਤੇ ਬਾਕੀ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਜਦੋਂ ਉਹਨਾਂ ਨੂੰ ਇੱਥੇ ਲਿਆਂਦਾ ਕੋਰਟ 'ਚ ਡਰਾ ਧਮਕਾ ਕੇ ਜਾਂ ਉਹਨਾਂ ਦਾ ਮੈਡੀਕਲ ਨਹੀਂ ਹੋਣ ਦਿੱਤਾ ਪਹਿਲਾਂ ਜੈਨੂਅਨ, ਫਿਰ ਅਸੀਂ ਇੱਕ ਐਪਲੀਕੇਸ਼ਨ ਦਿੱਤੀ, ਉਸ ਐਪਲੀਕੇਸ਼ਨ 'ਤੇ ਕੋਰਟ ਦੀਆਂ ਡਾਇਰੈਕਸ਼ਨਸ ਨਾਲ 16 ਤਰੀਕ ਨੂੰ ਉਹਨਾਂ ਦਾ ਸਪੈਸ਼ਲ ਮੈਡੀਕਲ ਹੋਇਆ ਜਿਹਦੇ 'ਚ ਉਹਨਾਂ ਦੇ ਸਰੀਰ 'ਤੇ 18 ਸੱਟਾਂ ਦੇ ਨਿਸ਼ਾਨ, 10 ਉਹਨਾਂ ਦੇ ਐਕਸਰੇ ਹੋਏ, ਉਹਦੀ ਰਿਪੋਰਟ ਜਿਹੜੀ ਹੈ ਡਾਇਰੈਕਟ ਕੋਰਟ ਕੋਲ ਆਈ। ਜਦੋਂ ਕੋਰਟ 'ਚ ਐਪਲੀਕੇਸ਼ਨ ਫਿਰ ਨੈਕਸਟ ਡੇ ਅਸੀਂ ਦਿੱਤੀ ਵੀ ਵਰਿੰਦਰ ਸੰਧੂ ਨੂੰ ਜੇਲ੍ਹ 'ਚੋਂ ਪ੍ਰੋਟੈਕਸ਼ਨ ਵਾਰੰਟ 'ਤੇ ਬਣਾ ਕੇ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਜਾਵੇ। ਫਿਰ ਉਹਨਾਂ ਦੀ ਕੋਰਟ 'ਚ ਸਟੇਟਮੈਂਟ ਰਿਕਾਰਡ ਹੋਈ ਜੀ, ਸਟੇਟਮੈਂਟ ਰਿਕਾਰਡ ਹੋਣ ਵਾਲੇ ਦਿਨ ਅਸੀਂ ਫਿਰ ਇੱਕ ਐਪਲੀਕੇਸ਼ਨ ਦਿੱਤੀ ਅੰਡਰ ਸੈਕਸ਼ਨ 156(3) ਵੀ ਜਿਹੜੇ ਗਿਲਟੀ ਪੁਲਿਸ ਅਫੀਸ਼ਲਸ ਹੈ ਇਹਨਾਂ ਦੇ ਖਿਲਾਫ਼ FIR ਦਰਜ ਕਰਨ ਦਾ ਆਰਡਰ ਕੀਤਾ ਜਾਵੇ, ਅਤੇ ਉਹਦੇ 'ਤੇ ਮਾਨਯੋਗ CGM ਸਾਹਿਬ ਨੇ ਆਰਡਰ ਕੀਤਾ ਕਿ ਜਿਹੜੇ ਸਟੇਟਮੈਂਟ ਉਹ ਜੱਜ ਸਾਹਿਬ ਨੇ ਨਾਲ ਭੇਜਣ ਦਾ ਹੁਕਮ ਦਿੱਤਾ ਵੀ ਇਹ ਸਟੇਟਮੈਂਟ ਮੁਤਾਬਕ ਜਿਹੜੇ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਦੇ ਖਿਲਾਫ਼ FIR ਦਰਜ ਕੀਤੀ। ਪਹਿਲੇ ਮੈਡੀਕਲ 'ਚ ਵਰਿੰਦਰ ਸਿੰਘ ਸੰਧੂ ਦੇ ਦੱਸਣ ਮੁਤਾਬਕ ਉਹਨੂੰ ਡਰਾ ਧਮਕਾ ਕੇ ਇੰਨਾ ਲਗੇ ਸੀ ਵੀ ਜੇ ਜਾ ਕੇ ਤੂੰ ਮੈਡੀਕਲ ਅਫਸਰ ਨੂੰ ਜਾਂ ਕੋਰਟ 'ਚ, ਕਿਉਂਕਿ ਇਮੀਡੀਏਟਲੀ ਲਿਆ ਕੇ ਉਹਨਾਂ ਨੂੰ ਬਾਅਦ 'ਚ ਕੋਰਟ 'ਚ ਪੇਸ਼ ਕੀਤਾ ਵੀ ਜੇ ਤੂੰ ਜਾ ਕੇ ਉੱਥੇ ਕੋਈ ਗੱਲ ਕੀਤੀ ਸਾਡੇ ਖਿਲਾਫ਼ ਅਤੇ ਰਾਤ ਨੂੰ ਜਿਹੜਾ ਤੇਰੇ ਨਾਲ ਵਰਤਾਰਾ ਕੀਤਾ ਉਹਨੂੰ ਯਾਦ ਕਰ ਲਈ ਅਤੇ ਅਸੀਂ ਪੁਲਿਸ ਰਿਮਾਂਡ ਲੈ ਕੇ ਤੇਰਾ ਆਉਣਾ ਅਤੇ ਸ਼ਾਮ ਨੂੰ ਆ ਕੇ ਫਿਰ ਉਹੀ ਕੋਈ ਕਰਾਂਗੇ। ਇਹ ਵਰਿੰਦਰ ਸਿੰਘ ਸੰਧੂ ਮੁਤਾਬਕ ਇਸ ਡਰ ਦੇ ਕਰਕੇ ਉਹਨੇ ਦਬਾਅ ਦੇ ਹੇਠਾਂ ਨਾ ਤਾਂ ਮੈਡੀਕਲ ਅਫਸਰ ਨੂੰ ਕੁਝ ਦੱਸਿਆ ਅਤੇ ਨਾ ਹੀ ਆ ਕੇ ਅਦਾਲਤ 'ਚ ਕੁਛ ਦੱਸਿਆ ਹੈ ਸਰ। ਇਸ ਦਾ ਫਿਰ ਜਦੋਂ ਬਗੈਰ ਕਿਸੇ ਡਰ ਤੋਂ ਅਦਾਲਤ ਦੇ ਹੁਕਮਾਂ ਨਾਲ ਆਇਆ ਫਿਰ ਸੱਚ ਬਾਹਰ ਨਿਕਲਿਆ। ਨਹੀਂ ਜੀ ਨਹੀਂ 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 ਨੋਟ ਐਟ ਆਲ ਉਹਦੇ 'ਚ NDPS ਐਕਟ ਦਾ ਹਵਾਲਾ ਕੋਈ ਨਹੀਂ, ਉਹ ਮੈਂ NDPS ਬਾਰੇ ਦੱਸਦਾ, ਕੋਈ ਰਿਕਵਰੀ ਨਹੀਂ ਦੀ ਉਹਨਾਂ ਤੋਂ, ਉਹ FIR ਦਰਜ ਹੋਈ ਹੈ 353-186 ਦੀ, 427-332 ਦੀ, ਵੀ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਕੀਤੀ, ਉਹਨਾਂ ਦੀ ਵਰਦੀ ਪਾੜੀ, ਕਿਸੇ ਦੀ ਜੇਬ ਪਾੜੀ। ਇਸ ਇਹ ਜਿਹੜਾ ਸੈਕਸ਼ਨ 27 NDPS ਲਾਇਆ ਉਹ ਲਾਇਆ ਇਸ ਗੱਲ ਦਾ ਵੀ ਇਹਨਾਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ, ਉਹ ਸੈਕਸ਼ਨ 27 ਇਕੱਲਾ ਐਡ ਕੀਤਾ। ਉਹ ਡੋਪ ਟੈਸਟ ਦੀ ਜਿਹੜੀ ਵਰਸਿਟੀ ਹੈ ਕਿ ਆਇਆ ਉਹ ਡੋਪ ਟੈਸਟ ਸਹੀ ਹੈ, ਉਹਦੀ ਰਿਪੋਰਟ ਸਹੀ ਹੈ, ਇਹ ਮੈਟਰ ਆਫ ਟ੍ਰਾਇਲ ਹੈ, ਇਹ ਅਦਾਲਤ ਜਦੋਂ ਟ੍ਰਾਇਲ ਚੱਲੂਗਾ ਉਦੋਂ ਪਤਾ ਲੱਗੂਗਾ। NDPS ਦੀ ਨਾ ਉਹਨਾਂ ਤੋਂ ਕੋਈ ਰਿਕਵਰੀ ਹੋਈ ਹੈ ਅਤੇ ਨਾ ਹੀ ਵਰਿੰਦਰ ਸੰਧੂ ਦੇ ਖਿਲਾਫ਼ ਅੱਜ ਤਾਈਂ ਕੋਈ ਪਹਿਲਾਂ FIR ਹੈ। ਅਗਲਾ ਐਕਸ਼ਨ ਸਾਡਾ ਇਹ ਹੈ ਜੀ ਕਿ ਅਸੀਂ ਪਹਿਲੇ ਦਿਨ ਤੋਂ ਜੋ ਕਾਨੂੰਨ ਸਾਨੂੰ ਅਲਾਓ ਕਰਦਾ ਹੈ, ਜੋ ਸਾਨੂੰ ਲੀਗਲ ਰੈਮਡੀ ਅਵੇਲੇਬਲ ਹੈ, ਅਸੀਂ ਉਹਦੇ ਮੁਤਾਬਕ ਚੱਲ ਰਹੇ ਹਾਂ, ਇਸ ਤੋਂ ਅੱਗੇ ਵੀ ਉਵੇਂ ਹੀ ਚੱਲਾਂਗੇ। ਅਸੀਂ ਕੰਟੈਂਪਟ ਆਫ ਕੋਰਟਸ ਐਕਟ 1971 ਦੇ ਸੈਕਸ਼ਨ 12 ਦੀ ਪਟੀਸ਼ਨ ਫਾਈਲ ਕਰਾਂਗੇ ਅਤੇ ਐਟ ਦੀ ਸੇਮ ਟਾਈਮ IPC ਦਾ ਫੈਂਸ ਕੀਤਾ ਨਵਾਂ ਇੱਕ FIR ਦਰਜ ਕਰਾਉਣ ਵਾਸਤੇ ਕੋਰਟ ਨੂੰ ਅਰਜ਼ੀ ਪਰਚੀ ਕਰਾਂਗੇ ਵੀ ਜਿਹੜਾ ਅਦਾਲਤ ਦੇ ਹੁਕਮਾਂ ਦੀ ਨਾ ਮੰਨ ਕੇ
परचा नहीं दर्ज किया, जी संबंधित थाने के SHO के खिलाफ FIR दर्ज की।